ਉਹਨਾਂ ਨੇ ਲਿਖਿਆ ਹੋਇਆ ਹੈ ਕਿ ਇੱਕ ਬੰਦਾ ਕਿਤੇ ਦਰਿਆ ਦੇ ਕਿਨਾਰੇ ਜਾ ਰਿਹਾ ਸੀ ਠੀਕ ਹੈ ਉਹ ਦਰਿਆ ਦੇ ਕਿਨਾਰੇ ਤੁਰਦਾ ਤੁਰਦਾ ਸੈਰ ਕਰਦਾ ਕਰਦਾ ਉਹਨੂੰ ਉੱਥੇ ਇੱਕ ਪੱਥਰ ਦਰਿਆ ਦੇ ਪਾਣੀ 'ਚ ਸੋਹਣਾ ਲੱਗਿਆ ਠੀਕ ਆ ਉਹਨੇ ਉਹ ਪੱਥਰ ਉੱਥੋਂ ਚੁੱਕ ਲਿਆ ਉਹ ਚੁੱਕਿਆ ਹੈ ਕਹਿੰਦਾ ਵੀ ਹਾਂ ਇਹ ਤਾਂ ਬੜਾ ਸੋਹਣਾ ਹੈ ਉਹਨੇ ਹੋਰ ਸਾਫ਼ ਕੀਤਾ ਉਹ ਹੋਰ ਚਮਕਿਆ ਉਹਨੇ ਪਾਣੀ ਜੀ ਧੋਤਾ ਰੇਤੇ ਨਾਲ ਰਗੜਿਆ ਉਹ ਪੱਥਰ ਹੋਰ ਚਮਕ ਪਿਆ ਉਹਨੂੰ ਸਾਫ਼ ਕਰਕੇ ਕੱਪੜੇ ਨਾਲ ਕਹਿਣ ਲੱਗਿਆ ਤਾਂ ਪੱਥਰ ਘਰੇ ਲੈ ਕੇ ਜਾਣ ਵਾਲਾ ਠੀਕ ਆ ਉਹਨੂੰ ਬੜੇ ਸਤਿਕਾਰ ਦੇ ਨਾਲ ਉਹ ਘਰੇ ਲਿਆ ਆ ਉਹਨੂੰ ਆਪਣੇ ਸ਼ੋਅ ਕੇਸ ਦੇ ਵਿੱਚ ਉਹਨੂੰ ਟਿਕਾ ਦਿੱਤਾ ਵੀ ਲੋਕੀ ਦੇਖਣਗੇ ਵੀ ਕਿੰਨਾ ਵਧੀਆ ਪੱਥਰ ਹੈ ਜਿਵੇਂ ਹੀਰਾ ਹੁੰਦਾ ਇਸ ਤਰ੍ਹਾਂ ਚਮਕੇ ਉਹ ਜੀ ਜੀ ਉਹਨੇ ਜਦੋਂ ਪੱਥਰ ਰੱਖ ਦਿੱਤਾ ਉਥੇ 2-4 ਦਿਨ ਬੀਤੇ ਇੱਕ ਦਿਨ ਬਿਹਲੇ ਟਾਈਮ ਤੇ ਉਹ ਆਪ ਤੇ ਇੱਕ ਦੋ ਦੇ ਦੋਸਤ ਮਿੱਤਰ ਕੋਲੇ ਬੈਠੇ ਨੇ ਉਹ ਪੱਥਰ ਵੱਲ ਦੇਖ ਕੇ ਆਪ ਹੀ ਕਹਿਣ ਲੱਪਿਆ ਕਹਿੰਦਾ ਵਾਹ ਵਾਹ ਕਮਾਲ ਹੋ ਗਈ ਹੈ ਯਾਰ ਇਹ ਦੱਸ ਤੂੰ ਇੰਨਾ ਸੋਹਣਾ ਬਣ ਕਿਵੇਂ ਗਿਆ ਇੰਨੀ ਚਮਕ ਤੇਰੇ 'ਚ ਆ ਕਿਵੇਂ ਗਈ ਠੀਕ ਗੱਲ ਸਮਝਾਉਣ ਵਾਸਤੇ ਹੈ ਕਹਿੰਦੇ ਪੱਥਰ ਬੋਲ ਪਿਆ ਜਾਂ ਇਹ ਕਹਿ ਲਈਏ ਉਹਦੀ ਅੰਦਰ ਦੀ ਆਵਾਜ਼ ਆਈ ਆਪਣੀ ਜੀ ਪੱਥਰ ਬੋਲ ਪਿਆ ਕਹਿਣ ਲੱਗਿਆ ਵੀਰ ਮੇਰੇ ਆ ਮੈਂ ਕਈ 100 ਸਾਲ ਤੋਂ ਹਿਮਾਲਾ ਪਰਬਤ ਤੋਂ ਰੁੜਦਾ ਆ ਰਿਆਂ ਠੀਕ ਹੈ ਤੇ ਰੁੜਦੇ ਹੋਏ ਮੇਰੇ ਆ ਜਿਹੜੇ ਨੇ ਸਾਰੇ ਦੇ ਸਾਰੇ ਬਾਹਰਲੇ ਕੀ ਅੰਗਰੇ ਫੁੱਟ ਗਏ ਟੁੱਟ ਗਏ ਮੈਂ ਰਗੜਾਂ ਖਾਧੀਆਂ ਮੈਂ ਰੇਤੇ 'ਚ ਧਸਿਆ ਮੈਂ ਪਾਣੀ 'ਚ ਡੁੱਬਿਆ ਤੇ ਸੈਂਕੜੇ ਸਾਲ ਮੈਂ ਸਫਰ ਕਰਦਾ ਰਿਹਾ ਤੇ ਹੌਲੀ ਹੌਲੀ ਜਿੱਥੇ ਤੂੰ ਮੈਨੂੰ ਆ ਕੇ ਚੁੱਕਿਆ ਸੀ ਉਥੇ ਤੱਕ ਮੈਂ ਪਹੁੰਚਿਆ ਉਥੇ 800 ਸਾਲਾਂ ਤੋਂ ਬਾਅਦ ਇੰਨੀ ਬੁਰੀ ਹਾਲਤਾਂ ਦੇ ਵਿੱਚੋਂ ਦੀ ਲੰਘਣ ਤੋਂ ਬਾਅਦ ਤੂੰ ਮੈਨੂੰ ਧੋਤਾ ਸਾਫ਼ ਕੀਤਾ ਤੇ ਸਾਫ਼ ਕਰਕੇ ਆਪਣੇ ਸ਼ੋਕੇਸ 'ਚ ਰੱਖਿਆ ਮੈਨੂੰ ਤੂੰ ਪਸੰਦ ਕੀਤਾ ਪਰ ਤੇਰੀ ਪਸੰਦ ਦਾ ਹੀਰਾ ਬਣਨ ਵਾਸਤੇ ਮੈਂ ਬੜੀਆਂ ਟੱਕਰਾਂ ਮਾਰੀਆਂ ਨੇ ਬੜਾ ਸਰੀਰ ਦਾ ਨਾਸ਼ ਕੀਤਾ ਬੜਾ ਰਗੜਿਆ ਆਪਣੇ ਆਪ ਨੂੰ ਬੜਾ ਡੋਬਿਆ ਪਾਣੀ ਚ ਬਹੁਤ ਮੁਸੀਬਤਾਂ ਝੱਲੀਆਂ ਨੇ ਇੱਥੇ ਪਹੁੰਚਣ ਵਾਸਤੇ ਮੈਨੂੰ 100 ਸਾਲ ਤੋਂ ਵੱਧ ਸਮਾਂ ਲੱਗਿਆ ਸ਼ੁਕਰ ਹੈ ਤੂੰ ਮੇਰਾ ਮੁੱਲ ਤਾਂ ਪਾ ਲਿਆ ਤੇ ਉਨੇ ਨਮਸਕਾਰ ਕੀਤੀ ਕਹਿੰਦਾ ਸੱਚਮੁੱਚ ਜੇ ਤੇਰੇ ਕੋਲੋਂ ਵੀ ਮੈਂ ਕੁਝ ਸਿੱਖ ਲਵਾਂ ਮੈਨੂੰ ਸਿੱਖਣ ਨੂੰ ਇੱਥੋਂ ਵੀ ਬਹੁਤ ਕੁਝ ਮਿਲ ਸਕਦਾ ਸਾਡੇ ਸਾਰੇ ਭੈਣ ਭਰਾਵਾਂ ਨੂੰ ਆਪਣੀ ਜ਼ਿੰਦਗੀ ਦਾ ਸਫ਼ਰ ਹੈ ਕਿਤੇ ਰੋਕ ਨਹੀਂ ਲੈਣਾ ਚਾਹੀਦਾ ਹੋਰ ਮਿਹਨਤ ਹੋਰ ਮਿਹਨਤ ਉਹ ਕਰਨੀ ਚਾਹੀਦੀ ਹੈ ਕਦੇ ਤਾਂ ਕੋਈ ਹੀਰੇ ਦੀ ਕੀਮਤ ਪਾਉਣ ਵਾਲਾ ਮਿਲ ਹੀ ਜਾਂਦਾ ਵਾਹ ਜੀ ਵਾਹ